शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर आई कदी ओए सोच आई कदी कीता गौर ओए हमीदिया सोच आई कदी कीता गौर ओए हमीदिया साडे नालों चंगे ने जनार ओए हमीदिया साडे नालों चंगे ने जनार ओए हमीदिया अस्सलाम वालेकुम। कुछ पुराने समय दियाँ यादा, कुछ पुराने समय दियाँ कहानियाँ, कुछ पुराने समय के वो हालात जिहड़े लफ्ज़ां दे विच बयान नहीं किते जा सकते, जिहड़े 1947 दे उजाड़े विच जिहनूं लोग आंदे बजुर्गां दे उन्हां हालातां दे छाती पाई दी ते तुहाडे तक वो हालात रखी दे कि किवें दे वो हालात सी, क्यों माड़े हालात बने 47 दे विच, की उन्हां दा मौजब सी, कोशिश जाणन दी कोशिश भी करी दी है, ਸਾਂਝਾਂ ਦੀ ਗੱਲ ਵੀ ਕਰੀਦੀ ਆ, ਨਫ਼ਰਤ ਦੀ ਗੱਲ ਵੀ ਕਰੀਦੀ ਆ, ਜਿੱਥੇ ਆ ਕੇ ਨਫ਼ਰਤ ਪਈ ਫਿਰ ਉਸ ਤੋਂ ਬਾਅਦ ਕਿਵੇਂ ਜ਼ਿੰਦਗੀ ਸ਼ੁਰੂ ਹੋਈ ਹੈ, ਸਾਰੇ ਪਹਿਲੂਆਂ 'ਤੇ ਝਾਤੀ ਪਾਈ ਦੀ ਆ। ਅਤੇ ਜੇ ਅਸੀਂ ਗੱਲ ਕਰੀਏ ਆਪਣੇ ਪੰਜਾਬੀਆਂ ਦੀ, ਤਾਂ ਸਾਡੇ ਪੰਜਾਬੀਆਂ ਦੇ ਵਿੱਚ ਪਿਆਰ ਵੀ ਬੜਾ ਅਤੇ ਕੁੜੱਤਣ ਵੀ ਬੜੀ ਆ, ਇੱਕ ਦੂਜੇ ਲਈ ਨਫ਼ਰਤ ਵੀ ਬੜੀ ਆ। ਜੇ ਪਿਆਰ ਕਰਨ 'ਤੇ ਆਉਣ ਤਾਂ ਹੱਦੋਂ ਵੱਧ ਪਿਆਰ, ਜੇ ਨਫ਼ਰਤ ਕਰਨ 'ਤੇ ਆਉਣ, ਲੜਨ ਵਾਲੇ ਪਾਸੇ ਆਉਣ, ਤਾਂ ਉਹ ਵੀ ਸਾਰਿਆਂ ਨਾਲੋਂ ਜ਼ਿਆਦਾ। ਉਹਨਾਂ ਹਾਲਾਤਾਂ 'ਤੇ ਜਿਹੜੇ ਵੰਡ ਤੋਂ ਪਹਿਲਾਂ ਦੇ ਹਾਲਾਤ ਸਨ, ਜਿਨ੍ਹਾਂ ਨੂੰ ਲੋਕ ਉਜਾੜੇ ਆਉਂਦੇ ਆ, ਉਹਨਾਂ ਹਾਲਾਤਾਂ 'ਤੇ ਛੋਟੀ ਜਿਹੀ ਇੱਕ ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਤੱਕ ਉਹ ਗੱਲਾਂ ਰੱਖੀਆਂ ਜਾਣ, ਉਹ ਗੱਲਾਂ ਬਾਤਾਂ, ਉਹ ਆਪ ਬੀਤੀਆਂ, ਉਹ ਕਹਾਣੀਆਂ, ਉਹ ਸੱਚੀਆਂ ਕਹਾਣੀਆਂ ਜਿਹੜੇ ਲੋਕ ਆਪਣੇ ਸੀਨਿਆਂ 'ਚ ਲਈ ਫਿਰਦੇ ਆ, ਉਹਨਾਂ 'ਤੇ ਗੱਲਬਾਤ ਤੁਹਾਡੇ ਤੱਕ ਸ਼ੇਅਰ ਕਰਦੇ ਰਹੀਦਾ। ਅਤੇ ਪੰਜਾਬੀ ਲਹਿਰ ਦੀ ਟੀਮ ਕੋਸ਼ਿਸ਼ ਕਰਦੀ ਆ ਕਿ ਪੰਜਾਬ ਦੇ ਓਵਰਆਲ ਪਾਕਿਸਤਾਨ ਦੇ ਵੱਖ ਵੱਖ ਥਾਵਾਂ 'ਤੇ ਜਾ ਕੇ ਇਹ ਵੀਡੀਓਜ਼ ਜਿਹੜੀਆਂ ਫਿਲਮਾ ਕੇ ਤੁਹਾਡੇ ਤੱਕ ਰੱਖੀਆਂ ਜਾਣ, ਅਤੇ ਆਉਣ ਵਾਲੀ ਨਸਲ, ਆਉਣ ਵਾਲੀ ਪੀੜ੍ਹੀ ਤੱਕ ਵੀ ਇਹ ਗੱਲਬਾਤ ਪਹੁੰਚਾਈ ਜਾਵੇ ਕਿ ਇਹਨਾਂ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿਵੇਂ ਆਪਣੇ ਹੱਸਦੇ ਵਾਸਤੇ ਘਰ ਛੱਡੇ, ਸਾਰਾ ਕੁਛ ਛੱਡ ਕੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ, ਪਾਕਿਸਤਾਨ ਕਿਵੇਂ ਬਣ ਗਿਆ, ਕਿਵੇਂ ਆਜ਼ਾਦੀ ਮਿਲ ਗਈ, ਇਹ ਸਾਰੀ ਗੱਲਬਾਤ ਕਰੀਦੀ ਹੈ। ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪੰਚਕ ਕਮਾਲਪੁਰ, ਅਤੇ ਸਾਡੇ ਨਾਲ ਬਜ਼ੁਰਗ ਬੈਠੇ ਨੇ ਭੱਟ ਸਾਹਿਬ, ਇਹ ਪਾਕਿਸਤਾਨ ਟੀਮ ਦੇ ਕੋਚ ਅਬਾਸ ਭੱਟ ਸਾਹਿਬ ਦੇ ਤਾਇਆ ਜੀ ਨੇ, ਉਹਨਾਂ ਨਾਲ ਗੱਲਬਾਤ ਜਿਹੜੀ ਆ ਸਾਂਝੀ ਕਰਾਂਗੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਭਾਅ ਜੀ ਕੀ ਹਾਲ ਜੀ? ਸਿਹਤ ਠੀਕ ਆ? ਹਾਂ ਵਧੀਆ। ਹਾਂ ਵਧੀਆ। ਉਮਰ ਕਿੰਨੀ ਕੁ ਚੱਲੀ ਹੈ? 83-84 ਸਾਲ। 83-84 ਜਬਾਨ ਬੰਦ ਹੋ ਗਈ ਮੇਰੀ, ਡਾਕਟਰਾਂ ਪ੍ਰੋਫੈਸਰਾਂ ਦੋਵਾਂ ਨੇ ਇਲਾਜ ਕੀਤਾ ਮੇਰਾ 1.5 ਸਾਲ, ਇੰਨੀ ਜਬਾਨ ਚੱਲਣ ਗਈ, ਯਾਦਦਾਸ਼ਤ ਪਿੱਛੇ ਮੁੜ ਕੇ ਅਸੀਂ ਰੁਪਈਏ 'ਚੋਂ ਉੱਠਣ ਨੇ ਹੈਗੀ। ਹਾਂ ਹਾਂ, ਬਸ ਬੋਲ ਨਹੀਂ ਸਕਦਾ, ਬੜਾ ਬੋਲਦਾ ਸੀ ਮੈਂ। ਦੇਖਿਆ ਨੀ, ਸਾਨੂੰ ਪਤਾ ਨੀ, ਸਾਡਾ ਪਿਓ ਸਾਡੀ ਮਾਂ ਦੇ ਦਾਦੀ ਦੇ ਕੁਛ ਸੀ ਹੈ, ਇਸ ਮੌਕੇ ਉੱਥੇ ਵੱਢ ਫੜਾਈਆ ਹੋਇਆ ਕਸ਼ਮੀਰ 'ਚ, ਕਸ਼ਮੀਰੀ ਭਾਸ਼ਾ ਲੋਕ ਨਕਲੇ ਬਾਹਰ ਹਿੰਦੁਸਤਾਨ 'ਚ ਬਾਲ ਬਹੁਤ ਹੋਏ ਸਾਰੇ, ਇੱਥੇ ਆਪਣੀ ਕੌਮਨ ਦੱਸੀ ਸਾਨੂੰ, ਅੰਗਰੇਜ਼ ਇਹਨਾਂ ਹੋ ਪੈਂਦਾ ਜੀ ਕੌਣ ਆ ਕਸ਼ਮੀਰੀ, ਕਸ਼ਮੀਰੀ ਮੈਂ ਦੱਸਦੇ ਕਸ਼ਮੀਰ ਕਹੇਗਾ, ਜੇ ਕਸ਼ਮੀਰ ਤਾਂ ਮੁਲਕ ਹੈ ਤਾਂ ਕੌਮ ਕੀ ਹੈ, ਕਹਿੰਦੇ ਕਸ਼ਮੀਰੀ ਕੌਮ ਬਸ, ਇਉਂ ਕਹਿੰਦੇ ਡਰਦੇ ਵੀ ਅੱਗੇ ਇੱਥੇ ਨੇ ਮਾਰ ਦੇਣ, ਹਾਂ ਇੰਨਾ ਖੌਫ ਹੋਇਆ ਹੈ ਤੁਸੀਂ ਕਸ਼ਮੀਰੀ ਬੱਟ ਜੇ? ਹਾਂ ਜੀ, ਬੈਠਕ ਮੇਰਾ ਤਾਏ ਦਾ ਪੁੱਤ ਘੁੱਟਦਾ ਸੀਗਾ, ਉਹਦਾ ਨਾਮ ਅਬਦੁਲ ਗਫਾਰ ਸੀ,
ਜਿਹੜਾ ਜਗਰਾਵਾ ਅੱਛਾ ਪਿੰਡ ਕਿਹੜਾ ਸੀ ਪਿੱਛੇ ਆਪਣਾ ਸਾਡਾ ਰਾਮੂਵਾਲਾ ਲਾਲ ਕਾ ਰਾਮੂਵਾਲਾ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਤਹਿਸੀਲ ਕਿਹੜੀ ਪੈਂਦੀ ਤਹਿਸੀਲ ਮੋਗਾ ਮੋਗਾ ਹਾਂ ਠੀਕ ਥਾਣਾ ਦਿਆਲਪੁਰਾ ਦਿਆਲਪੁਰਾ ਹਾਂ ਠੀਕ ਠੀਕ ਹਾਂ ਅਤੇ ਆਪਣਾ ਜਿਹੜਾ ਤੁਹਾਡੇ ਤੁਸੀਂ ਦੱਸਣ ਡਿਆ ਵੀ ਦਾਦਾ ਜੀ ਤੁਹਾਡੇ ਘੁਲਦੇ ਹੁੰਦੇ ਸੀ ਅੱਬਾ ਜੀ ਹਾਂ ਅੱਬਾ ਜੀ ਹਾਂ ਜੀ ਅਤੇ ਕੀ ਨਾਮ ਸੀ ਅੱਬਾ ਜੀ ਦਾ ਕੀ ਨਾਮ ਦੱਸਿਆ ਅੱਬਾ ਜੀ ਦਾ ਕੀ ਨਾਮ ਤੁਹਾਡੇ ਦਾ ਪੀਰ ਬਖਸ਼ ਪੀਰ ਬਖਸ਼ ਘੁਲਦੇ ਹੁੰਦੇ ਸੀ ਉੱਥੇ ਹਾਂ ਜੀ ਹਾਂ ਘੁਲਦੇ ਠੀਕ ਤਗੜੇ ਸੀ ਭਲਵਾਨ ਬਹੁਤ ਹਿੰਦੁਸਤਾਨ ਦੀ ਮਸਾ ਰੁਚੀ ਆਹ ਗੁੰਗੇ ਕਾਂਗੇ ਕੁਛ ਨਹੀਂ ਸਾਡੇ ਸਾਹਮਣੇ ਅੱਛਾ ਹਾਂ ਤਿੰਨ ਭਲਵਾਨ ਸੀ ਗੱਜਣ ਸਿੰਘ ਬਠਿੰਡੇ ਦਾ ਇੱਕ ਜੋੜ ਦੇ ਅਤੇ ਗੁੱਲੂ ਲਾਹੌਰ ਦਾ ਅਤੇ ਮੇਰਾ ਪਿਓ ਮਾਲਵੇ ਦਾ ਅਤੇ ਅਗਾਮੇ ਭਲਵਾਨ ਇਹ ਇਹਦਾ ਖਾਨਦਾਨ ਆ ਇਹ ਖਾਨਦਾਨ ਆ ਇਹਦਾ ਇਹ ਖਾਨਦਾਨ ਤਗੜਾ ਸੀ ਤਗੜਾ ਖਾਨਦਾਨ ਤਗੜਾ ਸੀ ਠੀਕ 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 ਇਹ ਕੱਲੂ ਅਤੇ ਗੁਲਾਮ ਦੋ ਭਰਾ ਸੀ ਇਹ ਅਤੇ ਗੁਲਾਮ ਤਾਂ ਜਿੰਨਾ ਕੋਲ ਸੀ ਮਸ਼ਹੂਰਾ ਸਾਹਿਬ ਮਸ਼ਹੂਰ ਸੀ ਇਹ ਬਟ ਹੈ ਆਹ ਨਵਾਜ਼ ਸ਼ਰੀਫ ਨੇ ਖਾਨਦਾਨ ਇੱਕੋ ਹੀ ਹੈ ਅੱਛਾ ਪਿੰਡ ਆਪਣਾ ਰਾਮੂਵਾਲਾ ਜਿਹੜਾ ਰਾਮੂਵਾਲਾ ਅਤੇ ਇਹ ਉਦੋਂ ਆਬਾਦੀ ਦਾ ਕੋਈ ਪਤਾ ਕਿੱਦਾਂ ਸੀ ਪਿੰਡ ਆਪਣਾ ਆਹ ਛੋਟਾ ਪਿੰਡ ਸੀ ਕਿੰਨੀਆਂ ਘਰ ਹੋਣੇ ਤੁਹਾਡੇ ਕਿੰਨੇ ਘਰ ਸੀ ਪਤਾ ਨਹੀਂ ਘਰ ਕਿੰਨੇ ਸੀਗੇ ਅਤੇ ਮੁਸਲਮਾਨਾਂ ਥੋੜ੍ਹੇ ਘਰ ਸੀ ਕਿੰਨੇ ਕੁ ਹੋਣੇ ਪੰਦਰਾਂ ਸੋਲ੍ਹਾਂ ਪੰਦਰਾਂ ਸੋਲ੍ਹਾਂ ਹਾਂ ਸਾਨੂੰ ਮਾਰਨ ਵਾਸਤੇ ਜਲਾਲ ਦਾ ਜੰਗੀਰ ਸਿੱਖ ਡਾਕੂ 300 ਬੰਦਾ ਭਰਤੀ ਕੀਤਾ ਇੱਕ ਬੰਦੂਕ 'ਤੇ 300 ਬੰਦੇ ਨੂੰ ਅਤੇ ਸਹੁਰੇ ਘਰ ਉਹ ਮਾਰਦੇ ਸੀ ਮੁਸਲਮਾਨਾਂ ਨੂੰ ਸਾਡੇ ਪਿੰਡ ਮਾਰਨ ਆ ਗਏ ਮੇਰੇ ਭਰਾ ਦੇ ਤਰਸੇ ਡਾਕੂਆਂ ਨਾਲ ਇੱਕ ਡਾਕੂ ਦੇ ਗੰਗਾ ਰਾਮ ਬਾਹਮਣ ਉਹਦਾ ਗੰਗਾ 'ਤੇ ਘਰ ਸੀ ਉਹਨੂੰ ਘੇਰਿਆ ਪਿਆ ਤਾਂ ਸਾਡੇ ਪਿੰਡ 'ਚ ਅਤੇ ਇੱਕ ਸਿੱਖਣੀ ਘਰ ਉਹ ਪਾੜ ਕੇ ਬੈਠ ਕੇ ਮੇਰੇ ਭਰਾ ਨੇ ਕੱਢਿਆ ਬਾਹਰ ਨਿਕਲੇ ਗੋਲੀ ਫਾਇਰ ਕੀਤਾ ਉਹਨੇ ਕੋਈ ਪੁਰ ਸਾਡੇ 13 ਸਿਪਾਹੀ ਹਰ ਪਿੰਡ 'ਚ ਬੈਠੇ ਹੁੰਦੇ ਹਰ ਦਿਨ ਪੁਲਿਸ ਨੇ ਪੰਜਾਬ ਦੀ ਇੱਥੋਂ ਦੀ ਇੱਥੋਂ ਕਿਹਾ ਕੋਈ ਰਾਤ ਦੇ ਹੋਰਾਂ ਲੈ ਕੇ ਸਾਰੇ ਪੁਲਿਸ 13 ਬੰਦੇ ਦਾ ਸਟਾਫ ਹੁੰਦਾ ਹਰ ਪਿੰਡ 'ਚ ਅਤੇ ਫਿਰ ਇਸ਼ਤਿਹਾਰ ਦਿੰਦੇ ਪਹਿਲਾਂ ਫਲਾਣੇ ਟਾਈਮ 'ਤੇ ਫਲਾਣੇ ਵਕਤ 'ਤੇ ਫਲਾਣੇ ਦਿਨ ਡਾਕਾ ਮਾਰਾਂਗੇ ਅਸੀਂ ਜਾਂ ਇੰਤਜ਼ਾਮ ਕਰ ਲਓ ਪਹਿਲਾਂ ਦੱਸ ਅੱਠ ਦਸ ਦਿਨ ਪਹਿਲਾਂ ਅਤੇ ਪੁਲਿਸ ਨਾਲ ਡੇਰੇ ਲਾ ਦੇਣ ਪੁਲਿਸ 100 ਬੰਦਾ ਜਾਂ 2000 ਬੰਦਾ ਪਕੜਾ ਲੈਣਾ ਉਹਨੇ ਇੱਕ ਪਾਸੇ ਵੜਨਾ ਜਿਹੜੇ ਪਾਸੇ ਵੜਨਾ ਪਿੰਡ ਦੇ ਉੱਥੇ ਬਹਿਣੇ ਸ਼ੁਰੂ ਨੇ 15 ਬੰਦੇ ਨੇ ਡਾਕੂ ਹੁੰਦੇ ਸੀ ਇਸ ਤਰ੍ਹਾਂ ਡਾਕੂ ਬਣਦਾ ਸੀ ਜਿਹੜਾ ਫੌਜ ਦੇ ਵਿੱਚ ਟ੍ਰੇਨਿੰਗ ਹੋਣੀ ਸੀ ਅਤੇ ਬੰਦੂਕ ਚੱਕਣੀ ਭੱਜਿਆ ਆਉਣਾ ਬਾਹਰ ਆਣ ਕੇ ਦੁਸ਼ਮਣ 2-4 ਮਾਰ ਦੇਣੇ ਫਿਰ ਡਾਕੂ ਨਾਲ ਮਾਰ ਬੰਦੇ ਮਾਰ ਕੇ ਮਾਰ ਗਿਆ ਉਹ ਕਹਿੰਦਾ ਆਇਆ ਜੇ ਨਾ ਬੰਦਾ ਨਹੀਂ ਮਾਰਿਆ ਉਹਨੂੰ ਲੜ ਨਹੀਂ ਲਾਉਂਦੇ ਅੱਛਾ ਹਾਂ 14-15 ਦਿਨ ਪਾਲ ਜਾਂਦੇ ਸੀ ਵੀ ਇਸ ਤਰ੍ਹਾਂ ਨਾਲ ਪਹੁੰਚਣਾ ਫਿਰ ਘਰ ਦੇ ਵਿੱਚ ਉਹਨੇ ਪੁੱਛਣਾ ਟਾਈਮ ਕਿੱਦਾਂ ਦੇਣਾ ਫਿਰ ਵਰਦੀ ਪੁਲਸੀ ਪਾ ਕੇ ਜਾਂ ਕਪਤਾਨ ਦੀ ਵਰਦੀ ਪਾ ਲੈਂਦੀ ਫਿਰ ਕਹਿਣਾ ਵੀ ਟਾਈਮ ਨਹੀਂ ਹੋਇਆ ਜੋ ਟਾਈਮ ਹੋਇਆ ਉਹ ਟਾਈਮ ਹੋ ਗਿਆ ਪੁੱਧੇ ਕੱਢ ਬਾ ਦੋ ਕੁਛ ਸਾਰੇ ਕੋਲ ਮੈਂ ਪੜ ਗਿਆ ਬਸ ਮੁੜ ਕੇ ਲੈ ਕੇ ਖਰਚੀ ਉਹਨਾਂ ਕੋਲ ਫਿਰ ਉਸ ਤਰ੍ਹਾਂ ਫਾਇਰਿੰਗ ਕਰਦੇ ਬਾਹਰ ਨਿਕਲ ਜਾਣਾ ਡਾਕੂ ਚਲਾ ਜਾਣਾ ਪਰਸਨ ਫਿਰ ਭੇਜਣਾ ਸਾਂ ਕੁਛ ਨਹੀਂ ਕਰਨਾ ਮੇਰਾ ਭਰਾ ਮੇਰੇ ਤਾਏ ਦਾ ਪੁੱਤ ਜਗਰਾਮੇ ਸਾਡੇ ਮੇਲਾ ਜਗਰਾਵਾਂ ਦਾ ਜਗਰਾਵਾਂ ਦਾ ਰੋਸ਼ਨੀ ਹੈ ਨਾ ਰੋਸ਼ਨੀ ਜਗਰਾਵਾਂ ਦੀ ਮੇਲਾ ਛਪਾੜ ਦਾ ਅਤੇ ਦੁਸਹਿਰਾ ਮੋਗੇ ਦਾ ਇਹ ਤਿੰਨ ਚੀਜ਼ਾਂ ਪੂਰੇ ਪੰਜਾਬੀ ਨਸ਼ਾ ਰੁਸ਼ੇ ਜਗਰਾਵਾਂ ਦੇ ਨਾਲ ਸੀ ਜਿੱਤ ਵਾਲਾ ਇੱਕ ਪਿੰਡ ਮੇਰਾ ਤਾਏ ਦੇ ਪੁੱਤ ਨੂੰ ਉੱਥੇ ਲੈ ਕੇ ਭਲਵਾਨ ਸੀ ਘੁਲਣ ਵਾਸਤੇ ਉਹ ਘੁਲਦਾ ਰਿਹਾ ਫਿਰ ਮੇਰਾ ਭਤੀਜਾ ਉੱਥੇ ਉਹਦੇ ਵੱਡਾ ਇੱਥੇ ਆ ਗਿਆ ਸਾਇੰਸ ਦਾ ਨਾਂ ਉਹਦਾ ਅਲੀ ਮੰਮ ਸੀ ਉਹਨੇ ਸਿੱਖਾਂ ਨੇ ਆਉਣ ਦਿੱਤਾ ਵੀ ਇੱਥੇ ਭੋਗ ਘੁਲੂਗਾ ਕੌਣ ਹੁਣ ਜੇ ਤੁਸੀਂ ਸਾਰੇ ਜਿਹੜੇ ਕਸ਼ਮੀਰੀ ਰਿਹਾ ਕੋਈ ਨਾ ਤਾਂ ਉਹ ਕਸ਼ਮੀਰੀ ਘੁਲਦੇ ਸੀ ਉਹ ਫਿਰ ਉੱਥੇ ਰਿਹਾ ਅਲੀ ਮੰਮ ਦੇ ਕਦੋਂ ਆਇਆ ਫਿਰ ਮੁੜ ਕੇ ਅਲੀ ਮੰਮ ਨਹੀਂ ਫਿਰ ਕਦੋਂ ਇੱਥੇ ਇੱਕ ਮਿਲ ਜਾਂਦਾ ਰਿਹਾ ਉਹ ਆਉਂਦਾ ਇੱਥੋਂ ਜਾਂਦੇ ਰਹੇ ਫਿਰ ਫਿਰ ਫੋਤ ਹੋ ਗਿਆ ਰਾਬਤਾ ਹੈਗਾ ਸੀ ਬਾਅਦ 'ਚ ਉਹਦਾ ਨਹੀਂ ਅਲੀ ਮੰਮ ਦਾ ਨਹੀਂ ਰਾਬਤਾ ਨਹੀਂ ਅਤੇ ਪਤਾ ਕਿਵੇਂ ਲੱਗਾ ਫੋਤ ਹੋ ਗਿਆ ਸਾਨੂੰ ਪਤਾ ਸੀ ਸਾਨੂੰ ਆਪਣਾ ਖੂਨ ਵੀ ਆਪਦਾ ਸੀ ਕਿਵੇਂ ਪਤਾ ਲੱਗ ਜਾਂਦਾ ਸਰ ਅਤੇ ਤਾਏ ਦੇ ਪੁੱਛਦਾ ਮੇਰਾ ਭਤੀਜਾ ਸੀ ਉਹ ਰਾਮੂਵਾਲਾ ਹੀ ਰਿਹਾ ਸੀ ਰਾਮੂਵਾਲਾ 3-3 ਮਹੀਨੇ 4-4 ਮਹੀਨੇ ਰਹਿ ਕੇ ਜਾਂਦਾ ਉਹ ਭੈਣਾਂ ਆਪਦੀਆਂ ਸਾਰੀਆਂ ਜਦੋਂ ਮਰੇ ਚਲੇ ਜਾਣ ਮੈਂ ਜਿੱਤਵਾਲ ਨਾਲ ਆ ਜਗਰਾਵਾਂ ਦੇ ਮਸ਼ਹੂਰ ਪਿੰਡ ਆ ਜਗਰਾਵਾਂ ਰੋਸ਼ਨੀ ਜਗਰਾਵਾਂ ਦੀ ਮਸ਼ਹੂਰ ਹਿੰਦੁਸਤਾਨ 'ਚ 12-12 ਮੇਲਾ ਤੱਕ ਦੁਨੀਆ ਆਉਂਦੀ ਮੇਲੇ ਤੋਂ ਇਕੱਠੇ ਵੀ ਨਹੀਂ ਇੰਨਾ ਇਕੱਠ ਹੁੰਦਾ ਮੇਲੇ 'ਤੇ ਹਾਂ ਅਤੇ ਜੇ ਕਈ ਚੋਰੀਆਂ ਕਰ ਲੈਂਦੇ ਪਿੰਡਾਂ 'ਚ ਚੋਰੀਆਂ ਕਰਕੇ ਪਿੰਡ 'ਚ ਠੱਗਾ 6 ਮਹੀਨੇ ਸਾਲ ਬਾਅਦ ਬਿਲਦਾ ਨਹੀਂ ਕਿਸੇ ਨੂੰ ਪਿੰਡ 'ਤੇ ਵੱਡਾ ਪਿੰਡ ਐਡੇ ਵੱਡੇ ਪਿੰਡ ਹੁੰਦੇ ਐਡੇ ਵੱਡੇ ਪਿੰਡ ਸੀ ਠੀਕ ਹਾਂ ਅਤੇ ਉਹ 6 ਅਸੀਂ ਵਜੇ ਹੋਏ ਡਾਕੂਆਂ ਨੂੰ ਮੇਰੇ ਭਰਾ ਜਦੋਂ ਸਾਨੂੰ ਘੇਰੇ ਪਿਆ ਸਨ ਪਿੰਡ 'ਚ
ਅਤੇ ਸਿੱਖ ਇੱਕ ਬਿਨਾਂ ਨਿਕਲ ਬਾਹਰ ਘਰ ਹੁਣ ਸਾਰੇ ਸਿੱਖਾਂ ਦੋ ਨਿਕਲੀ ਸਿੱਖ ਸਾਰੇ ਕਰੀ ਉਹਨਾਂ ਸਿੱਖਾਂ ਦੀ ਜਿਹਨਾਂ ਦੇ ਬੈਠੇ ਸੀ ਘਰ 'ਚ ਅਸੀਂ ਸਿੱਖ ਕਹਿਣ ਲੱਗੇ ਵੀ ਜਾਣ ਲੱਗਾ ਬਾਹਰ ਕਹਿੰਦਾ ਇੱਧਰ ਜਾਣਾ ਚਲੋ ਇੱਧਰ ਗਿਆ ਅੱਗੇ ਸਿੱਖ ਮਾਲ ਸਾਨੂੰ ਆਉਣ ਤੁਰੇ ਉਹ ਕਿਵੇਂ ਕਿਧਰੇ ਚਲੇ ਵੀ ਕਹਿੰਦੇ ਸਿੱਖ ਸੁੱਖਾਂ ਨੇ ਸੁਣਿਆ ਮੁਸਲਮਾਨ ਰੱਖੇ ਹੈ ਉਹਨੇ ਮਾਰਨ ਚਲੇ ਆ ਕਹਿੰਦਾ ਸਾਥ ਵਿਹਰੇ ਹੋਏ ਆ ਸਾਨੂੰ ਦਿਖਾਵਾਂ ਹਲਾਲ ਉਹ ਮੁੜ ਕੇ ਜੇ ਅੱਲਾ ਦੇ ਬਲਦੀ ਬਾਈ ਸੀ ਉਹ ਮੁੜ ਕੇ ਉੱਥੋਂ ਆਖੇ ਲੈ ਕੇ ਉਹਨਾਂ ਦੇ ਜੇ ਘਰ ਘੁਰ ਕੇ ਦਿਖਾਏ ਮਾਰ ਮਕਾਨ ਲੱਭੇ ਲੁੱਟ ਲਿਆ ਲਾਭਾ ਜਿਸ ਲਾਭ ਸੀ ਮਕਾਨ ਲੱਭੇ ਲੁੱਟ ਲਏ ਆ ਅਤੇ ਤੁਹਾਨੂੰ ਸੋਚਿਆ ਮਾਰਨ ਵਾਸਤੇ ਹੁਣ ਪਾਣੀ ਨਾ ਰਹੇ ਬੰਦਾ ਮਾਰ ਤਾਂ ਨਹੀਂ ਅਤੇ ਨਾ ਜੇ ਪਾਣੀ ਆ ਮਾਰ ਦੇਵਾਂਗੇ ਮੁੜ ਕੇ ਉਹਨਾਂ ਡੇਰੇ 'ਚ ਲੈ ਗਿਆ ਉਹ ਡੇਰੇ 'ਚ ਲੈ ਗਏ ਉਹਨੇ ਜਿਹੜੇ ਡਾਕੂ ਨੇ ਸ਼ਰਾਬ ਦਿੰਦਾ ਮੇਰਾ ਭਰਾ ਉਹ ਪਤਾ ਲੱਗ ਗਿਆ ਉਸਨੂੰ ਉਹਨੇ ਜਿਉਂ ਤੇਰਾਂ ਪਾਣਾ ਤੇਰੇ ਘੋੜੇ ਦੇ ਪੰਜਾਬ ਢੋਡ ਸਾਹਿਬ ਪਿੰਡ ਪਹੁੰਚੇ ਜਿਹੜੇ ਸਿੱਖਾਂ ਕੋਲ ਦੱਸੇ ਪਰਾਣੀ ਸਿੱਖਾਂ ਦਿੰਦੇ ਉਹ ਸਿੱਖਾਂ 'ਚ ਬੂਹ ਚੜ ਕੇ ਉੜਿਆ ਆਵਾਜ਼ ਦਿੱਤੇ ਉਹਨਾਂ ਡਾਕੂ ਨੇ ਆਪਣਾ ਸਤ ਪਿਓ ਫੁੱਲਾ ਗਿਆ ਬੰਦੂਕਾਂ ਕੋਲੋਂ ਆਉਂਦੇ ਅਸ਼ੇ ਨਗਰ ਨਾ ਕੋਲ ਬਰੇ ਨਗਰ ਨਾ ਇਹ ਹਰ ਚੀਜ਼ ਪੁਲਿਸ ਦਾ ਫੌਜ ਦਾ ਅਸਲਾ ਬਸ ਫਿਰ ਉੱਥੇ ਜੇ ਬਾਹਰ ਖੋਲ੍ਹੇ ਸਿੱਖ ਨੂੰ ਆਖਿਆ ਵੀ ਘਰ ਫਜਰੇ ਮਰਾ ਸਾਨੂੰ ਉਹ ਕਹਿੰਦਾ ਬੰਦਾ 5 ਮਿੰਟ ਜਾਂਦਾ ਇੱਦਾਂ ਘੇਰਾ ਪਿਆ ਹੋਇਆ ਅਤੇ ਜਲਾਲ ਦਾ ਜੰਗੀਰ ਹੈ ਉਸਨੇ ਡਾਕੂ ਸਾਰੇ ਬਦਮਾਸ਼ ਭੇਜੀ ਹੈ ਉਹ ਕਹਿੰਦਾ ਫਿਰ ਬੜਾ ਜੰਗੀਰ ਦਾ ਉਹਨੇ ਸਾ ਮੇਰਾ ਭਰਾ ਗਿਆ ਅਤੇ 60 ਗੋਲੀਆਂ 1 ਪਿਸਤੌਲ ਆਹ ਫੜ ਲਿਆ ਜੇ ਸਭ ਤੋਂ ਵੱਧ ਗਿਆ ਕੰਮ ਅਸੀਂ ਮਰ ਗਏ ਤਾਂ ਉਹਨੇ ਆਪਣੇ ਬਾਲ ਬੱਚਾ ਮਾਰ ਦੇਣੇ ਆਪਣੇ ਅਸੀਂ ਫਿਰ ਦੂਜੇ ਬੰਦਿਆਂ 'ਤੇ ਕਾਬੂ ਨਾ ਆਪਣੇ ਟੱਬਰ ਨੂੰ ਮਾਰ ਦੇਣੀ ਕੁੜੀ ਜਵਾਨ ਉਹਨੂੰ ਮਾਰ ਦੇਣੀ ਨਹੀਂ ਉੱਥੋਂ ਐਡੇ ਜਿਵੇਂ ਦੱਸਿਆ ਹਾਂ ਵੀ ਰੋਬ ਸੀ ਅਤੇ ਆਏ ਕਿਵੇਂ ਫਿਰ ਫਿਰ ਆਏ ਮਿਲਟਰੀ ਲੈ ਕੇ ਆਈ ਮਿਲਟਰੀ ਲੈ ਕੇ ਆਈ ਰੋਡੇ 'ਚ ਚਲੇ ਗਏ ਸੀ ਅਸੀਂ ਅਸੀਂ ਅੰਮ੍ਰਿਤ ਛਕਣਾ ਅਸੀਂ ਰੋਡੇ 'ਚ ਜਾ ਕੇ ਅੰਮ੍ਰਿਤ ਛਕਣਾ ਸਿੱਖ ਬਣ ਜਾਵਾਂਗੇ ਤੁਸੀਂ ਕਿਹਾ ਹਾਂ ਝੂਠ ਬੋਲਿਆ ਨਾ ਕਹਿੰਦਾ ਉੱਥੇ ਮੋਚਿਆਂ ਦੇ ਘਰ ਸੀ ਸਰਾਬਾ ਸਾਡੀ ਪਿੰਡ ਦੀ ਕੁੜੀ ਵਿਆਹੀ ਸੀ ਉਹ 2.5 ਰੁਪਏ ਜ਼ਮੀਨ ਸੀ ਮੋਚਿਆਂ ਦੀ ਉਹਨਾਂ ਦੇ ਕੋਲ ਚਲੇ ਗਏ ਸਾਡਾ ਪਿਓ ਪਿੱਛੇ ਰਹਿ ਗਿਆ ਸਾਡਾ ਪਿਓ ਧਈਏ ਪਾਪਾ ਨੇ ਧਈਏ ਜਾ ਕੇ ਸੀ ਉਸ ਵੇਲੇ ਸਿੱਖਾਂ ਨਹੀਂ ਛੱਡਣਾ ਸੀ ਨਮਾਜ਼ ਅਤੇ ਆਪਣੇ ਧਈਏ ਪੜ੍ਹ ਤੂੰ ਨਮਾਜ਼ ਫਿਰ ਪੜ੍ਹ ਪਾਣੀ ਭਰ ਕੇ ਆਪ ਦੇਣਾ ਲੁੱਟਿਆ ਉਹਨਾਂ ਕੋਲ ਰੱਖਿਆ ਵੀ ਵਜੂ ਕਰਨਾ ਨਮਾਜ਼ 'ਚ ਹਰ 5 ਵਕਤ ਪੜ੍ਹਨੀ ਆਪਣੇ ਅਤੇ ਫਿਰ ਮਨਾ ਲੈ ਸਮਝਾ ਤਾ ਪਿਓ ਆਪਣੇ ਬਸ ਕਹਿੰਦੇ ਇਹਨੂੰ ਅੰਬਰ ਸਕਾ ਅਸੀਂ ਛਕਣ ਦੇਣਾ ਇਹ ਮੁਸਲਮਾਨ ਹੀ ਰਹੂਗਾ ਉਸ ਤਾਂ ਨਮਾਜ਼ ਪੜ੍ਹੋ ਕਹਿੰਦਾ ਮੈਂ ਕਿਸੇ ਰਾਜਾ ਰੋਟੀ ਪੜ੍ਹ ਕੇ ਖਾਊਂ ਇਹਨਾਂ ਕੋਲੋਂ ਆਪਣੇ ਪਿਤਾ ਕੋਲੋਂ ਬਸ ਕਹਿੰਦਾ ਵੀ ਮੈਂ ਠਗਲਾ ਨੰਬਰ 'ਚ ਨਾ ਸੜੇ ਆ ਗਿਆ ਉੱਥੇ ਫਿਰ ਮਿਲਟਰੀ ਲੈ ਕੇ ਬੰਦਾ ਇੱਕ ਲਿਆ ਉਹ ਲੈ ਸਾਡੇ ਪਾਕਿਸਤਾਨੀ ਪਹੁੰਚੇ ਅੱਛਾ ਪਿੱਛੇ ਰਾਮੂਵਾਲਾ ਜਿਹੜਾ ਪਿੰਡ ਆਪਣਾ ਹਾਂ ਉੱਥੋਂ ਦੇ ਬੰਦੇ ਯਾਦ ਹੈ ਕਿਹੜਾ ਕਿਹੜਾ ਸੀ ਕੋਈ ਜਾਣਦੇ ਕਿਸੇ ਨੂੰ ਆਪਣੇ ਹਾਣ ਦੇ ਕਿ ਵੱਡੇ ਤੁਹਾਡੇ ਹਾਣ ਦੇ ਮੇਰੇ ਹਾਣ ਦੇ ਜਿਹੜੇ ਸੀ ਜੈਪ ਸਿੰਘ ਨਾਂ ਕਿਸੇ ਨਾਲ ਮਾੜੂ ਕੋਈ ਨਛੱਤਰ ਹੈ ਕੋਈ ਕੇਸਰ ਹੈ ਕਿਸੇ ਦਾ ਨਾਂ ਸੀ ਈਸਰ ਹੈ ਇਸ ਦਾ ਨਾਂ ਸਰ ਹੈ ਨੰਬਰਦਾਰ ਕੌਣ ਸੀ ਪਿੰਡ ਦਾ ਮੇਹਰ ਸਿੰਘ ਮੇਹਰ ਸਿੰਘ ਹਾਂ ਉਹ ਕਿਹੜੀ ਬਰਾਦਰੀ ਸੀ ਜੱਟ ਸੀ ਉਹ ਪਾਲਟੀ ਹੈ ਨਹੀਂ ਸੀ ਉਹਦੇ ਅੱਛਾ ਇਹ ਕੰਮ ਨਹੀਂ ਪਾਲਟੀਆਂ ਦਾ ਠੀਕ ਹੈ ਠੀਕ ਹੈ ਅਤੇ ਪੜ੍ਹੇ ਪੁੜੇ ਸੀ ਉੱਥੇ ਵੀ ਕੋਈ ਨਹੀਂ ਸਕੂਲ ਹੀ ਹੈ ਨਹੀਂ ਸੀ ਪਿੰਡ ਗੁਰਮੀ ਕਹਿੰਦੀ ਉਹ ਪੜ੍ਹ ਲਓ ਊੜਾ ਰਹੀ ਸੱਸਾ ਹਾ ਹਾ ਕੱਕਾ ਖਾਖਾ ਗੱਗਾ ਕਗਾ ਗੰਗਾ ਬਾਲਬ ਦੇਸ਼ਾਂ ਦੇ ਅੱਛਾ ਤੇ ਕਾਇਦਾ ਬਣਿਆ ਉਹਨੂੰ ਬਾਲਬ ਦੇਸ਼ਾਂ ਦੇ ਸੀ ਉਹ ਹੁੰਦਾ ਸੀਗਾ ਬਸ ਇੱਕ ਪੜ੍ਹ ਕੇ ਬਾਲਬ ਦੇ ਸੀ ਅਤੇ ਹਰ ਕਿਤਾਬ ਪੜ੍ਹ ਸਕਦਾ ਆਦਮੀ ਗੁਰਮੁਖੀ ਅਤੇ ਹੈ ਤਲੀਮ ਹੈ ਨਹੀਂ ਸਕੂਲ ਹੈ ਨਹੀਂ ਸੀ ਸਕੂਲ ਕੋਈ ਨਹੀਂ ਸਕੂਲ ਅੰਗਰੇਜ਼ਾਂ ਬਣ ਨਹੀਂ ਦਿੱਤੇ ਅੰਗਰੇਜ਼ਾਂ ਸਕੂਲ ਨੇ 8-9 ਵਜੇ ਦਾ ਸਕੂਲ ਸੀ ਆ ਅੱਛਾ ਇਹ ਦੱਸੋ ਵੀ ਜਦੋਂ ਆਏ ਤੁਸੀਂ ਮਿਲਟਰੀ ਦੇ ਨਾਲ ਹਾਂ ਅੱਗੇ ਪੁੱਛਣ ਡਿਆ ਬਾਬੇ ਹੋਣਾਂ ਨੂੰ ਵੀ ਪਹਿਲਾਂ ਉੱਥੇ ਤੁਸੀਂ ਰਾਮੂਵਾਲੇ ਰਹਿੰਦੇ ਸੋ ਜਿਵੇਂ ਆ ਦੱਸਣ ਡੇ ਤੁਸੀਂ ਫਲਾਣਾ ਨਾ ਫਲਾਣਾ ਵੀ ਇੱਕੋ ਪਿੰਡ 'ਚ ਰਹਿੰਦੇ ਸੀ ਸਾਰੇ ਹਾਂ ਇਹ ਹਾਲਾਤ ਖਰਾਬ ਹੋਣ ਦਾ ਕੋਈ ਵਜ੍ਹਾ ਪਤਾ ਵਾ ਕੀ ਗੱਲ ਸੀ ਸਾਨੂੰ ਪਤਾ ਨਹੀਂ ਸਾਨੂੰ ਇੱਕ ਸਾਰਿਆਂ ਪਿੰਡ ਦਾ ਬੰਦਾ ਇੱਕ ਸਿੱਖ ਆਪਣੇ ਘਰੋਂ ਜਾ ਰਿਹਾ ਆਪਣੀ ਬੀਵੀ ਬਣ ਰਿਹਾ ਜੋ ਦੁੱਪ ਸੀ ਕਹਿੰਦਾ ਮੇਰੇ ਭਰਾ ਮੇਰੇ ਪੇਰੇ ਬਖ ਮੇਰੇ ਭਰਾ ਹੈ ਜੇ ਉਹ ਕੰਮ ਕਵੇ ਇਹ ਤੁਹਾਨੂੰ ਉਹ ਕਰਨਾ ਜੇ ਤੈਨੂੰ ਕਹੇ ਮੇਰੇ ਘਰ ਰਹਿਣਾ ਤੂੰ ਉਹਦੇ ਘਰ ਰਹਿਣਾ ਜੇ ਆਪਣੇ ਘਰ ਗਏ ਮੈਂ ਛੱਡ ਦੇਣਾ ਤੈਨੂੰ ਜਦੋਂ ਆਇਆ ਮੁੜ ਕੇ ਉਹ 22-22 ਸਾਲ ਉਹਨੂੰ ਗਏ ਬਾਹਰ ਬਾਹਰ ਮੁੜ ਕੇ ਇਹਨੂੰ 23 ਸਾਲਾਂ ਦੇ ਬਾਅਦ ਆਇਆ ਪੁੱਤ ਜਵਾਨ ਹੋਏ ਫਿਰ ਹੀ ਪੁੱਤ ਪੁੱਛਦੇ ਰਹੇ ਉਹਦੇ ਵੀ ਤਾਇਆ ਕੀ ਬੀਜੇ ਅਸੀਂ ਤਾਇਆ ਕੀ ਕਰੀਏ ਅਸੀਂ ਇਹ ਪੁੱਛਦੇ ਰਹੇ ਹਰ ਕੰਮ ਮੇਰੇ ਪਿਓ ਕੋਲ ਮੇਰੇ ਪਿਓ ਕਹਿੰਦਾ ਵੀ ਤੂੰ ਜਵਾਨ ਹੈ ਮੈਨੂੰ ਕੀ ਪਤਾ ਕਹਿੰਦਾ ਨਹੀਂ ਤੂੰ ਕਹਿ ਦੇ ਇਹ ਫਿਰ ਸਿੱਖਾਂ ਨੂੰ ਦੱਸਿਆ ਪਤਾ ਲੱਗਿਆ ਵੀ ਕਿਹਦੇ ਮੁੰਡੇ ਸੀ ਉਹ ਹਾਂਜੀ ਸਿੱਖ ਦੇ ਕੀ ਨਾਂ ਉਹਦਾ ਉਹ ਜਿਹੜਾ ਪਾਨ ਸਿੰਘ ਅੱਛਾ ਪਾਨ ਹਾਂ ਫਿਰ ਉਹ ਜਿਸ ਮਗਰ ਆਇਆ ਨਾ ਕਹਿੰਦਾ ਸੁਣਿਆ ਰੌਲਾ ਪੈਣਾ
ਤੇ ਰੌਲਾ ਪੈਣਾ ਤੇ ਉਹ ਕਰ ਤੂੰ ਪੀਰ ਬਖਸ਼ਾ ਤੇ ਮੈਂ 7 ਮਰਬੇ ਜ਼ਮੀਨ ਦੇ ਬਹੌਲਪੁਰ ਲੈ ਆਏ ਉਹ ਰਿਸ਼ਤੇ ਮੈਂ ਤੇਰੇ ਨਾਲ ਰਖਾ ਦੇਣਾ ਤੂੰ 7 ਮਰਬੇ ਮੇਰੇ ਸਾਹਮਣੇ ਉੱਥੇ ਆਏ ਭਾਈਆ ਤੇ ਜੇ ਤਾਂ ਰੌਲੇ ਨਾ ਪਏ ਜਾਂ ਮੁੜ ਮੜਾਈਆ ਹੋ ਗਿਆ ਵਾਪਸ ਹੋ ਗਏ ਤਾਂ ਮੇਰੇ 7 ਮਰਬੇ ਮੈਨੂੰ ਲੱਭ ਜਾਣਗੇ ਤੇ ਜੇ ਨਾ ਹੋਇਆ ਤਾਂ ਫਿਰ 7 ਮਰਬੇ ਤੂੰ ਤਾਂ ਸਮਝ ਗਿਆ ਮੈਂ ਮੇਰੀ ਸਾਰੀ ਕਮਾਈ ਮੈਂ ਉੱਥੇ ਲਾਈ ਮੇਰਾ ਪਿਓ ਕਹਿਣਾ ਮੈਂ ਇਹ ਕੰਮ ਨਹੀਂ ਕਰਨਾ ਮੈਂ ਤੇਰੇ ਕੋਲ ਆ ਕੇ ਮੈਂ ਕੱਲ੍ਹ ਨੂੰ ਮਰ ਜਾਵਾਂ ਮੇਰੇ ਪੁੱਤ ਨਾ ਦੇਣ ਕਹਿ ਨਾ ਤੇਰੇ ਪੁੱਤ ਵੀ ਨਹੀਂ ਮੁਕਰਨੇ ਤੇਰੇ ਪੁੱਤ ਵੀ ਦਿਖਦਾ ਨਹੀਂ ਮੈਨੂੰ ਤਾਂ ਤੇਰੇ ਤਾਂ ਬਾਹਰ ਨਾ ਤੇਰੇ ਪੁੱਤ ਮੇਰੀ ਜ਼ਮੀਨ ਨਹੀਂ ਖਾਂਦੇ ਅਤੇ ਮੇਰਾ ਪਿਓ ਨਹੀਂ ਮਿਲਣਾ ਨਹੀਂ ਹਾਂ ਨਹੀਂ ਨਹੀਂ ਇਹ ਕੰਮ ਅਤੇ ਇੱਥੇ ਫਿਰ ਉਦੋਂ ਜਦੋਂ ਉਜਾੜਿਆਂ ਤੋਂ ਬਾਅਦ ਆਏ ਇੱਥੇ ਆਏ ਫੈਸਲਾ ਬਹੁਤ ਜੀ ਪਹਿਲਾਂ ਕਿਤੇ ਹੋਰ ਬੈਠੇ ਬਹੁਤ ਜਗ੍ਹਾ 'ਤੇ ਕਿੱਥੇ ਕਿੱਥੇ ਪਹਿਲਾਂ ਆਏ ਸੀ ਇੱਥੋਂ ਕੈਂਪ 'ਚ ਅਤੇ ਕਸੂਰ ਕਸੂਰੋਂ ਫਿਰ ਅਸੀਂ ਆਏ ਗੰਜੀ ਬਾਰ ਚੀਜ਼ਾਂ ਬੰਦ ਉੱਥੇ ਉੱਥੇ ਸਾਡੇ ਨਾਨਕਿਆਂ ਨੂੰ ਰਕਬਾ ਮਿਲ ਗਿਆ ਆਪਣਾ ਅਸੀਂ ਉਹਨਾਂ ਨੂੰ ਮਿਲ ਗਿਆ ਸਾਡਾ ਰਕਬਾ ਸਾਡੇ ਪਿਓ ਨੇ ਵੇਚਤਾ ਸੀ ਰਕਬਾ ਨਹੀਂ ਸਾਡੇ ਪਿਓ ਨੇ ਰੱਖਿਆ ਉਹਦੇ ਬਾਅਦ ਉੱਥੋਂ ਇੱਕ ਆਦਮੀ ਹੋਰ ਸਾਨੂੰ ਆਹ ਜੋਰਾਬਾਦ ਸ਼ਹਿਰ ਨਵਾਂ ਬਣਦਾ ਸ਼ਹਿਰ ਬਣਨਾ ਸ਼ੁਰੂ ਆ ਨਵਾਂ ਬਣਦਾ ਸ਼ਹਿਰ ਫਿਰ ਇੱਥੇ ਆ ਗਏ ਇੱਥੇ ਮਜ਼ਦੂਰੀ ਮਿਲਦੀ ਸੀ ਮਜ਼ਦੂਰੀ ਹੈ ਸੀ ਮੈਂ ਉੱਥੇ ਮਜ਼ਦੂਰੀ ਕੀਤੀ ਕਹਿ ਦੇਣਾ ਮਜ਼ਦੂਰੀ ਕਰਦਾ ਰਿਹਾ ਫਿਰ ਮੈਂ ਗੱਲਾਂ ਮੰਡੀ ਵਿੱਚ ਮਜ਼ਦੂਰੀ ਕੀਤੀ ਫਿਰ ਗੱਲਾਂ ਮੰਡੀ ਅਰਧ ਬਣਾਈ ਫਿਰ ਅਰਧ ਹੀ ਬਣਿਆ ਉੱਥੇ ਫਿਰ ਟਮਾਣੇ ਦੇ ਅੰਬਾਰ ਚੱਕੇ ਟਮਾਣੇ ਦੇ ਬੜੇ 500 ਮਲਬਾ ਜ਼ਮੀਨ ਦਾ ਸੀ ਅਤੇ ਜਦੋਂ ਮਰਜ਼ੀ ਚੱਕ ਲਿਆ ਉਹਨੇ ਰੋਕਣ ਲਈ 50 ਮਰਜ਼ੀ ਲੈ ਜਾਓ ਜਦੋਂ ਪੈਸੇ ਮੰਗਣੇ ਉਹ ਦੇ ਬਸ ਉੱਥੇ ਫਿਰ ਘਾਟਾ ਪਿਆ ਸੱਟਿਆ ਚੈਂਬਰ 'ਚ ਘਾਟਾ ਪੈ ਗਿਆ 1,35,000 ਦਾ ਨਾ 1,49,000 ਦਾ ਬਸ ਉਹ ਰੁਪਈਏ ਅਦਾ ਕਰਨੇ ਪੂਰਿਆਂ ਪੈਸੇ ਅਤੇ ਮਕਾਨ ਸੀ ਲੈਲਪੁਰ ਮੈਂ ਕੋਠੀ ਬਣਾਈ ਗੁਲਾਮਾਬਾਦ 'ਚ ਇਹ ਕੋਠੀ ਵੇਚੀ ਮੈਂ ਅਤੇ ਲੂਮਾਂ ਸਿਲਾਈਆਂ ਉਹ ਵੇਚੀਆਂ ਹਰ ਚੀਜ਼ ਵੇਚ ਕੇ ਟਮਾਣੇ ਦਾ ਰੁਪਈਆ ਲੈ ਲਓ ਉਹ ਕਹਿੰਦੇ ਨਹੀਂ ਲੈਣਾ ਕੰਮ ਕਰ ਤੂੰ ਫਿਰ ਕਰਮੇ ਕਾਰੋਬਾਰ ਤੋਂ ਲੈਣਗੇ ਮੈਂ ਮੇਰੀ ਤਾਕਤ ਹੋਣੀ ਗਈ ਖੈਰ ਮੇਰਾ ਦਿਮਾਗੀ ਤਵਾਜ਼ਨ ਮੋੜ ਦਿੱਤੇ ਹਾਂਜੀ ਫਿਰ ਮੋੜਿਆ ਅੱਛਾ ਪਿੱਛੇ ਮੈਂ ਤੁਹਾਨੂੰ ਪਿੱਛੇ ਪਿਛਲੀ ਗੱਲ ਪੁੱਛਦਾ ਰਾਮੂਵਾਲੇ ਦੇ ਪਿਛਲੇ ਪਿੰਡ ਦੇ ਉੱਥੇ ਤੁਹਾਡਾ ਕਿਵੇਂ ਦਾ ਸੀ ਉਹਨਾਂ ਦੂਜੀਆਂ ਬਰਾਦਰੀਆਂ ਜਿਹੜੀਆਂ ਸੀ ਉਹਨਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਬਿਲਕੁਲ ਠੀਕ ਅੱਛਾ ਹਾਂ ਸਿੱਖ ਨਹੀਂ ਸਮਝਦੇ ਜੇ ਮੁਸਲਮਾਨ ਆ ਜਾਂ ਤੁਸੀਂ ਦੋ ਨੇ ਇੱਕੋ ਸਿੱਖਾਂ ਨਾਲ ਉਸ ਤਰ੍ਹਾਂ ਗੁਪਸੂ ਹੋਈ ਸਿੱਖਾਂ ਵਿੱਚ ਕੋਈ ਹੁਕਮ ਸੀ ਸਾਰੇ ਹੁਕਮਾਂ ਦਾ ਇਸ਼ਤਰਾਕ ਨਹੀਂ ਸੀ ਪਿਆਰ ਸੀ ਅੱਛਾ ਉੱਥੇ ਪਿੰਡ ਦਾ ਸਰਪੰਚ ਜਾਂ ਨੰਬਰ ਦਾ ਤੁਹਾਡੇ ਹੀ ਮੁਸਲਮਾਨ ਸੀ ਜਾਂ ਸਿੱਖਾਂ ਦਾ ਸੀ ਨਹੀਂ ਦਾ ਹੀ ਕਿਸੇ ਕੋਈ ਨਹੀਂ ਸੀ ਕੌਣ ਸੀ ਨੰਬਰ ਦਾ ਪਿੰਡ ਦਾ ਸਿੱਖ ਹੀ ਕੀ ਨਾਂ ਸੀ ਉਹਦਾ ਮੇਹਰ ਅੱਛਾ ਦੂਸਰਾ ਹੇਰ ਅੱਗੇ ਵੀ ਪੁੱਛਿਆ ਸੀ ਮੈਂ ਬਜ਼ੁਰਗਾਂ ਨੂੰ ਨਾਂ ਸੀ ਰਣੀਆ ਸਰਦਾਰ ਰਣੀਆ ਸਰਦਾਰ ਸੀ ਉਹ ਬਾਰਾਂ ਪਿੰਡਾਂ ਦੇ ਰਣੀਆ ਸਰ ਨੇੜ ਸੀ ਰਣੀਆ ਉਹਨਾਂ ਦਾ ਕੀ ਨਾਂ ਰਣੀਆ ਪਿੰਡਾਂ ਨੇ ਪਤਾ ਅੱਛਾ ਠੀਕ ਅੱਛਾ ਇਹਦੇ ਵਿੱਚ ਪੁੱਛਦੇ ਹੁੰਦੇ ਆ ਵੀ ਮਜ਼ਹਬੀ ਹਵਾਲੇ ਦੇ ਨਾਲ ਵੀ ਦੋ ਮੁਲਕ 'ਚੋਂ ਬਣੇ ਮਜ਼ਹਬੀ ਮੁਸਲਮਾਨਾਂ ਨੂੰ ਵੱਖਰੀ ਰਿਆਸਤ ਮਿਲ ਗਈ ਅਤੇ ਉਹਨਾਂ ਦਾ ਵੱਖਰਾ ਬਣ ਗਿਆ ਪਹਿਲਾਂ ਕੋਈ ਮਜ਼ਹਬੀ ਇਖਤਲਾਫ ਸੀ ਇੱਕ ਦੂਜੇ ਨਾਲ ਬਿਲਕੁਲ ਵੀ ਤੁਹਾਨੂੰ ਕੋਈ ਨਮਾਜ਼ ਪੜ੍ਹਨ ਤੋਂ ਕੋਈ ਰੁਕ ਡੱਕ ਪਰਹੇਜ਼ ਜਾਂ ਹਿੰਦੂਆਂ ਨੂੰ ਜਾਂ ਜਿੱਥੇ ਆਬਾਦੀ ਬਹੁਤੀ ਸੀ ਬਿਲਕੁਲ ਅਮਨ ਅਮਾਨ ਸਾਡੇ ਨਾਲ ਹਾਕਮ ਵਾਲਾ ਸਾਰਾ ਗੁਜਰਾਂ ਪਿੰਡ ਸੀ ਅਤੇ ਓਟ ਆਉਂਦਾ ਸੀ ਉਹ ਜਿਵੇਂ ਫਸਲਾਂ ਚੱਲ ਰਹਿੰਦੇ ਸੀ ਫਿਰ ਲੋਕਾਂ ਨੇ ਇਕੱਠੇ ਹੋਣੇ ਪਿੰਡ ਉਹਨਾਂ ਦੇ ਡਰੇ ਇਕੱਠੇ ਹੋਣੇ ਹਾਕ ਵਾਲੇ ਨਾਲ ਹੋਣ ਸਾਰਾ ਹੋਣਾ ਉਹਨਾਂ ਡਰਦਾ ਸੀਗਾ ਨਾ ਦੋ ਦਿਨ ਤਿੰਨ ਦਿਨ ਬੈਠੇ ਰਹਿੰਦੇ ਲੜੋ ਆਓ ਲੜਾਈ ਵਾਸਤੇ ਇਹ ਤਿਆਰੀ ਹੁੰਦੀ ਮੋਚੀ ਹੁੰਦੇ ਮੋਚੀ ਸਾਡੇ ਉਹਦੇ ਰੁੜਿਆਂ ਦੇ ਉਹ ਸਿੱਖਾਂ ਨਾਲ ਲੜ ਪੈਂਦੇ ਸੀ ਤਾਂ ਜਿਹੜਾ ਬੰਦਾ ਸਿੱਖਾਂ ਦਾ ਫਿਰ ਢਾ ਲੈਣਾ ਡਾਂਗਾ ਮਾਰਨੇ ਗਿਣ ਕੇ ਇੰਨੀ ਡਾਂਗਾ ਮਾਰੀਆਂ ਕਹਿੰਦੇ ਉੱਠ ਹੁਣ ਜੇ ਉਠਾਉਣਾ ਉਠਾਉਣਾ ਫਿਰ ਮਾਰਦਾ ਜਾਣਾ ਜੇ ਫਿਰ ਡਾਂਗਾ ਮਾਰ ਮੁੜ ਕੇ ਪਹਿਲਾਂ ਹੁਣ ਉੱਠ ਹੁਣ ਨਹੀਂ ਉੱਠਿਆ ਜਾਂਦਾ ਫਿਰ ਚੁੱਕ ਲੈਣਾ ਉਹਨਾਂ ਚੁੱਕ ਕੇ ਘਰ ਉਹਨਾਂ ਲੱਬਾਂ ਪਾਉਣਾ ਜੇ ਇਸ ਤਰ੍ਹਾਂ ਬੂਹਾ ਖੋਲ੍ਹਾ ਅੰਦਰ ਦੇ ਲੱਬਾਂ ਪਾਉਣਾ ਅਤੇ ਪਾ ਕੇ ਅੱਗੇ ਆਪਣੇ ਅਤੇ ਹੁਣ ਤੱਕ ਹੈਗਾ ਵੀ ਤਗੜਾ ਕੋਈ ਹੈ ਇਹ ਦੱਸੋ ਮੇਲਾ ਮੂਲਾ ਲੱਗਦਾ ਆਪਣੇ ਇਲਾਕੇ 'ਚ ਉੱਥੇ ਹੈਂ ਮੇਲਾ ਮੂਲਾ ਕੋਈ ਲੱਗਦਾ ਸੀ ਉੱਥੇ ਆਹੋ ਨਹੀਂ ਸਾਡੇ ਮਾੜੀ ਮੁਸਤਫਾ ਹੁੰਦੇ ਸਾਡੇ ਮਾੜੀ ਮੁਸਤਫਾ ਸਾਡੇ ਸੀ ਉੱਥੇ ਮੇਲਾ ਲੱਗਦਾ ਸੀ ਜਾਂਦੇ ਹੁੰਦੇ ਹਾਂ ਮੈਂ ਜਾਂਦੀ ਉੱਥੇ ਰਿਸ਼ਤੇਦਾਰ ਸਾਡੇ ਤਿੰਨ ਦਿਨ ਰਹਿੰਦਾ ਸੀ ਅਠਾਨੇ ਮਿਲਦੇ ਸੀ ਰੁਪਈਏ ਦੇ ਚਾਰ ਨਤੇਲੇ ਬਣਦਾ ਸੀ ਚਾਰ ਦਮੜੀਆਂ ਪੈਸੇ ਦੀਆਂ ਚਾਰ ਪੈਸੇ ਦੀਆਂ ਚਾਰ ਦਮੜੀਆਂ ਅਤੇ ਦੋ ਧੇਲੇ ਇਹ ਦੋ ਧੇਲਿਆਂ ਦਾ ਜਿਹੜੀ ਚੀਜ਼ ਮਰਜ਼ੀ ਲੈ ਲਈਏ ਪੈਸੇ ਜਿਹੜੀ ਚੀਜ਼ ਮਰਜ਼ੀ ਦਮੜੀ ਜਿਹੜੀ ਮਰਜ਼ੀ ਲੈ ਚਾਰ ਚੀਜ਼ਾਂ ਸੌਦੇ ਪੈਸੇ ਦਾ ਮਿਲ ਜਾਂਦੇ ਚਾਰ ਸੌਦੇ ਇੱਕ ਪੈਸੇ ਦੇ ਮਿਲ ਜਾਂਦੇ ਅੱਛਾ ਇਹ ਦੱਸੋ ਹੁਣ
ਇਹ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਬੜੇ ਵਧੀਆ ਰਹਿੰਦੇ ਸੀ, ਹਾਲਾਤ ਸੀ ਵੀ ਕੋਈ ਇਖਤਲਾਫ ਵੀ ਨਹੀਂ ਸੀ, ਫਿਰ ਇਹਦੇ ਵਿੱਚ ਅੱਗੇ ਵੀ ਮੈਂ ਪੁੱਛ ਰਿਹਾ ਵੀ ਇਹ ਵਜ੍ਹਾ ਕੀ ਬਣੀ ਵੀ 10 ਲੱਖ ਦੇ ਕੋਲ ਮਰੇ ਉਦੋਂ 10 ਲੱਖ ਦੇ ਕੋਲ, ਇਹ ਵਜ੍ਹਾ ਕੀ ਬਣੀ ਸੀ ਇਹਦੇ ਪਿੱਛੇ, ਕੋ ਦੱਸ ਸਕਦੇ ਹੋ? ਹਾਲਾਤ ਖੋਲਣਾ ਕਹਿੰਦੇ ਪਿਛਲੇ ਖੜਾਉਣਾ, ਬਾਕੀ ਇਹ ਕਾਇਦੇ ਆਦਮ ਦਾ ਕੰਮ ਸੀਗਾ ਵੀ ਇਹ ਸਿਆਸੀ ਇਖਤਲਾਫ ਨਹੀਂ, ਹਿੰਦੁਸਤਾਨ ਨੂੰ ਸਾਰਾ ਪੰਜਾਬ ਬਣ ਜਾਣਾ ਸੀ, ਜਿਹੜਾ ਆਪ ਇਲਾਕਾ ਨਾ ਇਹ ਵੀ ਉਹਨਾਂ ਦੇ ਲਾਇਆ ਵੋਟਾਂ ਸਾਰਿਆਂ ਦਿੰਦੇ, ਮਗਰ ਸੀ ਇਹ ਆਹ ਟਮਾਣੇ ਜਿੰਨੇ ਟਮਾਣੇ ਨਗਿਆਣੇ ਆ ਇਹ ਉਹਨੇ ਵੋਟਾਂ ਦਿੰਦੇ ਕਾਂਗਰਸ ਨੂੰ, ਮੁਸਲਮਾਨ ਦੀ ਵੋਟ ਨਹੀਂ, ਕਾਂਗਰਸ ਨੂੰ ਵੋਟ, ਮੁਸਲਿਮ ਲੀਗ ਨੂੰ ਵੋਟ ਕੋਈ ਨਹੀਂ ਦਿੰਦਾ। ਫਿਰ ਇਖਤਲਾਫ ਬਣਾਇਆ, ਵੱਡੇ ਸ਼ਹਿਰਾਂ 'ਚ 5-4 ਬੰਦੇ ਮਰਵਾਉਣੇ ਸ਼ੁਰੂ ਕਰਤੇ, ਜੇ 5-4 ਬੰਦੇ ਮਰੇ ਤੇ ਮੁਸਲੇ ਮਾਰ ਕੇ ਸਿੱਖਾਂ ਅਤੇ ਸਿੱਖਾਂ ਮੁਸਲਮਾਨ ਮਾਰਨੇ ਸ਼ੁਰੂ ਕਰ, ਮਜ਼ਹਬੀ ਮਜ਼ਹਬੀ ਇਖਤਲਾਫ ਬਣਾਤਾ ਉਸ ਮੌਕੇ। ਫਿਰ ਤਾਂ ਇਹਦੇ ਤਕਸੀਮ ਕਰਤੀ, ਫਿਰ ਸਾਲਸ ਮਿਲਿਆ ਗਿਆ, ਸਾਲਸ ਪੈਸਾ ਕਰ ਦੂਗਾ ਜਿਹੜਾ ਇਲਾਕਾ ਦੇ ਦਿਓ ਇਹਨਾਂ ਸਾਨੂੰ, ਜਾਂ ਜਿਹੜਾ ਇਲਾਕਾ ਹਿੰਦੁਸਤਾਨ ਨੂੰ ਦੇ ਦਿਓ ਇਹ ਉਹਨਾਂ ਦਾ ਹੋਇਆ। ਇਹ ਵੋਟਾਂ ਨਹੀਂ ਪਈਆਂ, ਜੇ ਵੋਟਾਂ ਪੈਂਦੀਆਂ ਤਾਂ ਇਹ ਜਿੱਤਣੇ ਉਹਨਾਂ ਜਿੱਤਾਂ ਕਾਂਗਰਸ, ਸਾਨੂੰ ਇਲਾਕਾ ਨਹੀਂ ਮਿਲਣਾ ਸੀ, ਆਹ ਵੀ ਜਿੱਥੇ ਬੈਠੇ ਇਹ ਵੀ ਨਹੀਂ ਮਿਲਣਾ ਸੀ। ਅੱਛਾ, ਫਿਰ ਹੋਇਆ ਫੈਸਲਾ ਇਸ ਹੋਇਆ ਵੀ ਜਿੱਥੇ ਜਿਹੜੇ ਮੈਜੋਰਿਟੀ ਜ਼ਿਆਦਾ ਅਕਸਰੀਅਤ ਬੈਠੀ ਉੱਥੇ ਉਹ ਹੋ ਜਾਣੇ, ਇੱਧਰ ਉਹ ਹੋ ਜਾਏ, ਜਿਹੜੇ ਮੁਸਲਮਾਨ ਦੀ ਅਕਸਰੀਅਤ ਹੈ ਉਹ ਇਲਾਕਾ ਮੁਸਲਮਾਨ ਦੇ ਦਿਓ, ਜਿੱਥੇ ਹਿੰਦੂਆਂ ਦੀ ਅਕਸਰੀਅਤ ਹੈ। ਅੱਛਾ, ਇਹ ਤਾਂ ਇੱਕ ਤਾਂ ਹੋ ਗਿਆ ਵੀ ਮਜ਼ਹਬੀ ਹਵਾਲੇ ਦੇ ਨਾਲ ਵੀ ਉਹ ਆਭਾਰ ਦਿੱਤਾ ਗਿਆ ਮਜ਼ਹਬੀ ਵੀ ਉਹ ਮੁਸਲਿਆਂ ਮਾਰਤੇ, ਉਹਨੇ ਸਿੱਖਣਿਆਂ ਮਾਰਤੇ ਚਾਲ ਚੱਲਣ ਦੇ। ਅੱਛਾ, ਇਹਦੇ ਵਿੱਚ ਕੋਈ ਲਾਲਚ ਵਾਲੀ ਗੱਲ ਸੀ ਵੀ ਉਹ ਪੈਸਾ ਧੇਲਾ ਖੋਲਾਂਗੇ? ਪਹਿਲਾਂ ਹੈ ਹੀ ਕੋਈ ਨਹੀਂ ਸੀ, ਲਾਲ ਉਹਦੇ ਪੈਸੇ ਹੈ ਹੀ ਕਿਸੇ ਆਉਣਗੇ, 10 ਰੁਪਏ ਜੇ 100 ਰੁਪਏ ਬੜਾ ਵੀਰਾ ਸੌਖਾ 100 ਰੁਪਏ ਦਾ। ਅੱਛਾ, ਇਹਦੇ ਵਿੱਚ ਇੱਕ ਹੋਰ ਤੀਸਰੀ ਗੱਲ ਵੀ ਅੰਗਰੇਜ਼ ਦਾ ਵੀ ਕੋਈ ਕਿਰਦਾਰ ਹੈਗਾ ਸੀ ਇਹਦੇ 'ਚ, ਇਹਨਾਂ ਲੜਾਈ ਕਰਾਉਣ 'ਚ? ਅੰਗਰੇਜ਼ ਦਾ ਬੜਾ ਬੜਾ ਕਿਰਦਾਰ ਸੀ, ਅੰਗਰੇਜ਼ ਬੇਈਮਾਨ ਸੀ, ਅੰਗਰੇਜ਼ ਕਰਦਾ ਮੁਸਲਮਾਨਾਂ ਦੇ ਖਿਲਾਫ ਸੀ, ਸਿਰਫ ਹਿੰਦੂਆਂ ਨਾਲ ਸੀ ਅੰਗਰੇਜ਼, ਵੀ ਉਹਦੀ ਵੀ ਸਾਜ਼ਿਸ਼ ਹੈ ਸੀ ਕਿਉਂ ਇੰਨੇ ਅੰਗਰੇਜ਼ ਜੇ ਇੰਨੀ ਦੇਰ ਹਕੂਮਤ ਕਰ ਸਕਦੇ ਸੀ ਅਤੇ ਇਹ ਮਾਈਗ੍ਰੇਸ਼ਨ ਜਿਹੜੀ ਵੰਡ ਸੀ ਇੱਕ ਦੂਜੇ ਵੱਲ ਬਦਲਾਅ ਆਉਣਾ ਜਾਣਾ ਉਹ ਵੀ ਤਾਂ ਅੱਛੇ ਤਰੀਕੇ ਨਾਲ ਕਰਾ ਸਕਦੇ? ਇਹ ਇੰਨੇ ਅਕਲੇ ਸੀ ਉਦੋਂ, ਇੰਨੀ ਅਕਲ ਨਹੀਂ ਸੀ ਵੀ ਸੋਚਣ ਵਾਲੀ ਬਚਪਨਾ ਸੀ, ਬਾਕੀ ਇਹ ਜਿਹੜਾ ਇਖਤਲਾਫ ਵਾਲੇ ਚੱਲਣੇ ਸੀ, ਇਖਤਲਾਫ ਐਸਾ ਜੈਸਾ ਮੁਸਲਮਾਨ ਹੈ ਭਾਵੇਂ ਹਿੰਦੂ ਹੈ, ਜਿਵੇਂ ਸਕੇ ਭਰਾ ਹੁੰਦੇ ਸਨ। ਬਾਬਾ ਜੀ ਨੇ ਗੱਲਬਾਤ ਸਾਂਝੀ ਕੀਤੀ, ਇਹਨਾਂ ਦੱਸੀਆਂ ਗੱਲਾਂ ਬਾਤਾਂ, ਅਤੇ ਇਹ ਇਹਨਾਂ ਲੋਕਾਂ ਦੀਆਂ ਵੀਡੀਓ 'ਚ ਕਹਾਣੀਆਂ ਸੁਣਨ ਦਾ, ਪੁੱਛਣ ਦਾ, ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਵੀ ਉਹ ਹਕਾਇਕ ਜਾਣੇ ਜਾਣ ਵੀ ਕੀ ਵਜ੍ਹਾ ਸੀ, ਕਿਉਂ ਐਡੇ ਵੱਡੇ ਲੈਵਲ 'ਤੇ ਕਤਲੋ ਗਾਰਤ ਹੋਈ, ਬੱਚੇ ਨਾ ਵੇਖੇ, ਔਰਤਾਂ ਨੂੰ, ਬੱਚੇ, ਔਰਤਾਂ, ਬੁੱਢੇ, ਕੋਈ ਬਿਲਾ ਤਫਰੀਕ ਸਾਰਿਆਂ ਨੂੰ ਜਿਹੜਾ ਅੱਗੇ ਆਈ ਗਿਆ ਉਹਨੂੰ ਮਾਰੀ ਗਏ, ਵੱਢੀ ਗਏ। ਇਨਸਾਨੀਅਤ ਅਸੀਂ ਕਹੀਏ ਵੀ ਇਨਸਾਨੀਅਤ ਉਦੋਂ ਮਰ ਗਈ ਉਦੋਂ, ਅਸੀਂ ਚਾਹੁੰਦੇ ਹਾਂ ਵੀ ਜਿਹੜੇ ਮਜ਼ਹਬ ਨੂੰ ਲੈ ਕੇ ਜਿਹੜਾ ਵਾ ਢਾਲ ਬਣਾ ਕੇ ਦੂਜਿਆਂ 'ਤੇ ਜ਼ੁਲਮ ਕਰਦੇ, ਕੋਈ ਮਜ਼ਹਬ ਵੀ ਇਸ ਤਰ੍ਹਾਂ ਨਹੀਂ ਸਿਖਾਉਂਦਾ ਕਿ ਕਿਸੇ ਨੂੰ ਬੇਕਸੂਰ ਇਨਸਾਨ ਨੂੰ ਮਾਰ ਦਿੱਤਾ ਜਾਵੇ। ਇਹਨਾਂ ਕਹਾਣੀਆਂ ਵੀਡੀਓਜ਼ ਨੂੰ ਤੁਹਾਡੇ ਤੱਕ ਰੱਖਣ ਦਾ ਮਕਸਦ ਵੀ ਹੈ ਵੀ ਉਹਨਾਂ ਹਕਾਇਕ ਨੂੰ, ਉਹਨਾਂ ਸੱਚਾਂ ਨੂੰ ਜਿਹੜੀਆਂ 70 ਸਾਲ ਹੋ ਗਏ ਅਸੀਂ ਇੱਕ ਦੂਜੇ ਖਿਲਾਫ਼ ਦੁਸ਼ਮਣੀਆਂ ਲਈ ਫਿਰਦੇ ਹਾਂ, ਉਹਨਾਂ ਨੂੰ ਘੱਟ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ। ਬੇਸ਼ੱਕ ਦੋ ਮੁਲਕ ਰਹਿਣ, ਉਹ ਬਾਰਡਰ ਵੱਜਾ ਰਹੇ, ਚੜ੍ਹਦਾ ਪੰਜਾਬ ਚੜ੍ਹਦਾ ਰਹੇ, ਲਹਿੰਦਾ ਰਹੇ, ਲੇਕਿਨ ਅੱਛੇ ਗੁਆਂਢੀ ਹੋ ਗਿਆ ਅਸੀਂ ਇੱਕ ਦੂਜੇ 'ਤੇ ਵੱਸ ਸਕਦੇ ਹਾਂ, ਜੰਗ ਦੀ ਦੌੜ 'ਚੋਂ ਬਾਹਰ ਆ ਜਾਈਏ, ਪਿਆਰ ਮੁਹੱਬਤ ਅਤੇ ਅਮਨ ਨੂੰ ਫਰੋਗ ਦੇਈਏ। ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਵੀਡੀਓਜ਼, ਇਹਨਾਂ ਬਜ਼ੁਰਗਾਂ ਦੀ ਰਾਹੀਂ ਆਪਾਂ ਕੋਸ਼ਿਸ਼ ਕਰਦੇ ਰਹੀਦਾ ਕਿ ਪਿਆਰ ਮੁਹੱਬਤ ਦਾ ਸੁਨੇਹਾ ਅਕ੍ਰੋਸ ਦਾ ਬਾਰਡਰ ਪਹੁੰਚਾਉਂਦੇ ਰਹੀਏ। ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਸਟੋਰੀਜ਼ ਤੁਹਾਡੇ ਤੱਕ ਰੱਖਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਨਸ ਢਿੱਲੋਂ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।